साडे नाल मौजूद ने रिपू दमन जो कि इस पूरे मामले दे विच सबूत इकट्ठे करन दा काम कर रहे हैं कि किस तरह की चैट सुनिया कित्थे कित्थे लवप्रीत लाडी ने उसनू बहुत वारी बेअंत कौर दे नाल गल करन दी कोशिश की। की वाकई ये चीज़ सही है कि बेअंत कौर ने किते भी सही तरीके नाल लाडी नू जवाब नहीं दिता सी? जी देखो, मैं सारी चैट पढ़ी है जी, साडे कोल करीब 700 पेजेस है चैट दे जी। अच्छा, ਤੇ ਮੈਨੂੰ ਚੈਟ ਦੇ ਵਿੱਚ ਕਿਤੇ ਇੱਕ ਜਗ੍ਹਾ ਵੀ ਇਦਾਂ ਨਹੀਂ ਮਿਲਿਆ ਕਿ ਕੁੜੀ ਨੇ ਪਿਆਰ ਵਾਲਾ ਕੋਈ ਵੀ ਵਰਡ ਲਵਪ੍ਰੀਤ ਲਈ ਯੂਜ਼ ਕੀਤਾ। ਪੂਰੀ ਚੈਟ ਦੇ ਵਿੱਚ ਲਵਪ੍ਰੀਤ ਸਿਰਫ ਮਿੰਤਾ ਹੀ ਕਰਦਾ ਰਿਹਾ। ਸਹੁਰੇ ਪਰਿਵਾਰ ਵੱਲੇ ਉਹਦਾ ਕਦੇ ਫੋਨ ਵੀ ਨਹੀਂ ਗਿਆ। ਅੱਛਾ, ਲਵਪ੍ਰੀਤ ਨੇ ਬਹੁਤ ਵਾਰੀ ਮਿੰਤਾ ਕਰੀਆਂ, ਬਹੁਤ ਵਾਰੀ ਕਿਹਾ ਕਿ ਮੰਮੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਪਾਪਾ। ਕਿਸੇ ਨਾਲ ਵੀ ਗੱਲ ਨਹੀਂ ਕਰਦੇ ਸੀ ਉਧਰੋਂ, ਕਿਸੇ ਨਾਲ ਵੀ ਗੱਲ ਨਹੀਂ ਕਰਦੇ ਸੀਗੇ। ਅੱਛਾ, ਬਹੁਤ ਸੇ ਮੈਸੇਜ ਕਰੇ, ਬਹੁਤ ਵਾਰੀ ਵਾਰਨ ਕਰਿਆ ਕਿ ਮੈਂ ਮਰ ਜਾਣਾ ਜਿੱਦਾਂ ਤੂੰ ਮੇਰੇ ਨਾਲ ਕਰ ਰਹੀ ਹੈ। ਬਹੁਤ ਇਮੋਸ਼ਨਲ ਮੈਸੇਜ, ਮੈਂ ਕਹਿੰਦਾ ਤੁਸੀਂ ਪੜੋਗੇ ਤਾਂ ਤੁਹਾਡਾ ਰੋਣਾ ਨਿਕਲ ਜਾਣਾ। ਜਦੋਂ ਸਾਨੂੰ ਇੱਥੋਂ ਤੱਕ ਪਤਾ ਚੱਲਿਆ ਕਿ ਜਿਹੜੇ ਮੁੰਡੇ ਨਾਲ ਉਹਦੀ ਫੋਟੋ ਵਾਇਰਲ ਹੋਈ ਸੀ, ਜਿਹਨੂੰ ਉਹ ਭਰਾ ਕਹਿੰਦੀ ਸੀ, ਆਪਦਾ ਭਾਜੀ ਕਹਿੰਦੀ ਸੀ, ਜੀ ਜੀ ਉਹਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ, ਅਤੇ ਅਸੀਂ ਲਗਾਤਾਰ ਜੋ ਹੈ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿ ਬੇਅੰਤ ਕੌਰ ਅਤੇ ਲਵਪ੍ਰੀਤ ਲਾਡੀ ਮਾਮਲੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ। ਕਿਉਂਕਿ ਗੱਲ ਇਹ ਹੁੰਦੀ ਹੈ ਕਿ ਅਗਰ ਬੇਅੰਤ ਕੌਰ ਵਾਕਈ ਕਸੂਰਵਾਰ ਹੈ ਤਾਂ ਉਸਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਕਿਉਂਕਿ ਇੱਕ ਪਰਿਵਾਰ ਦਾ ਪੁੱਤ ਚਲਾ ਗਿਆ ਇਸ ਜ਼ਿੰਦਗੀ ਵਿੱਚੋਂ। ਉਹ ਖਾਮਿਆਜ਼ਾ ਉਹ ਪਰਿਵਾਰ ਕਦੇ ਨਹੀਂ ਭੁਲਾ ਸਕਦਾ, ਉਹ ਖਾਮਿਆਜ਼ਾ ਕਦੇ ਪੂਰਾ ਨਹੀਂ ਹੋ ਸਕਦਾ, ਕਮੀ ਕਦੇ ਪੂਰੇ ਨਹੀਂ ਹੋ ਸਕਦੀ। ਅਤੇ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦੇ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ, ਉਹਦੇ ਸੰਬੰਧੀ ਹੀ ਤੁਹਾਡੇ ਨਾਲ ਅੱਜ ਗੱਲ ਕਰਨ ਜਾ ਰਹੇ ਹਾਂ। ਅਤੇ ਸਾਡੇ ਨਾਲ ਮੌਜੂਦ ਨੇ ਰਿਪੂ ਦਮਨ ਜੋ ਕਿ ਇਸ ਪੂਰੇ ਮਾਮਲੇ ਦੇ ਵਿੱਚ ਸਬੂਤ ਇਕੱਠੇ ਕਰਨ ਦਾ ਕੰਮ ਕਰ ਰਹੇ ਹਨ ਕਿ ਕਿਸ ਤਰ੍ਹਾਂ ਦੀ ਚੈਟਸ ਹੋਈਆਂ ਕਿੱਥੇ ਕਿੱਥੇ ਲਵਪ੍ਰੀਤ ਲਾਡੀ ਨੇ ਉਸਨੂੰ ਬਹੁਤ ਵਾਰੀ ਬੇਅੰਤ ਕੌਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਕਦੋਂ ਕਦੋਂ ਉਹਨੇ ਗੱਲ ਕਰਨ ਦਾ ਕੋਈ ਜਵਾਬ ਤੱਕ ਨਹੀਂ ਦਿੱਤਾ, ਉਹਨਾਂ ਤੋਂ ਇਹ ਸਾਰਾ ਕੁਝ ਜਾਣਦੇ ਹਾਂ ਕਿਉਂਕਿ ਇਹਨਾਂ ਨੇ ਪੂਰੀ ਨਜ਼ਰ ਬਣਾਈ ਹੋਈ ਹੈ ਹੁਣ ਤੱਕ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਸਬੂਤ ਇਕੱਠੇ ਕਰ ਰਹੇ ਹੋ, ਇਸ ਦੇ ਵਿੱਚ ਮੈਂ ਜਾਣਨਾ ਚਾਹੂੰਗੀ ਕਿ ਤੁਸੀਂ ਤਾਂ ਖੁਦ ਸਾਰੀਆਂ ਚੈਟਸ ਪੜੀਆਂ ਹੋਣਗੀਆਂ, ਕੀ ਵਾਕਈ ਇਹ ਚੀਜ਼ ਸਹੀ ਹੈ ਕਿ ਬੇਅੰਤ ਕੌਰ ਨੇ ਕਿਤੇ ਵੀ ਸਹੀ ਤਰੀਕੇ ਨਾਲ ਲਾਡੀ ਨੂੰ ਜਵਾਬ ਨਹੀਂ ਦਿੱਤਾ ਸੀ? ਜੀ ਦੇਖੋ, ਮੈਂ ਸਾਰੀ ਚੈਟ ਪੜ੍ਹੀ ਹੈ ਜੀ, ਸਾਡੇ ਕੋਲ ਕਰੀਬ 700 ਪੇਜਿਸ ਹੈ ਚੈਟ ਦੇ ਜੀ। ਅੱਛਾ, ਅਤੇ ਮੈਨੂੰ ਚੈਟ ਦੇ ਵਿੱਚ ਕਿਤੇ ਇੱਕ ਜਗ੍ਹਾ ਵੀ ਇੱਦਾਂ ਨਹੀਂ ਮਿਲਿਆ ਕਿ ਕੁੜੀ ਨੇ ਪਿਆਰ ਵਾਲਾ ਕੋਈ ਵੀ ਵਰਡ ਲਵਪ੍ਰੀਤ ਲਈ ਯੂਜ਼ ਕੀਤਾ ਹੋਵੇ। ਅੱਛਾ, ਜਾਂ ਉਹਨੂੰ ਕਦੇ ਲਵ ਯੂ ਬੋਲਿਆ ਹੋਵੇ। ਪੂਰੀ ਚੈਟ ਦੇ ਵਿੱਚ ਲਵਪ੍ਰੀਤ ਸਿਰਫ ਮਿੰਤਾ ਹੀ ਕਰਦਾ ਰਿਹਾ। ਅੱਛਾ, ਕੁੜੀ ਵੱਲੋਂ ਸਿਰਫ ਬਹਾਨਾ ਹੀ ਸੁਣਨ ਨੂੰ ਮਿਲਦਾ ਰਿਹਾ ਜੀ। ਅੱਛਾ, ਔਰ ਸਭ ਨਾਲੋਂ ਵੱਡੀ ਗੱਲ ਇਹਦੇ ਵਿੱਚ ਕਿ ਕੁੜੀ ਨੇ ਬਹੁਤ ਵਾਰੀ ਇਹ ਭਾਨਾ ਮਾਰਿਆ ਕਿ ਮੈਂ ਆਪਦੇ ਪੇਰੈਂਟਸ ਨਾਲ ਗੱਲ ਕਰ ਰਹੀ ਹਾਂ, ਆਪਦੇ ਪਰਿਵਾਰ ਨਾਲ ਗੱਲ ਕਰ ਰਹੀ ਹਾਂ। ਹਾਲਾਂਕਿ ਵਿਆਹ ਤੋਂ ਬਾਅਦ ਇਹ ਹੁੰਦਾ ਕਿ ਕੁੜੀ ਦੇ ਦੋ ਪਰਿਵਾਰ ਬਣ ਜਾਂਦੇ। ਬਿਲਕੁਲ ਬਿਲਕੁਲ, ਤਾਂ ਕੁੜੀ ਨੂੰ ਇੱਕ ਪਰਿਵਾਰ ਨਾਲ ਗੱਲ ਕਰਨ ਦਾ ਤੇ ਪੂਰਾ ਟਾਈਮ ਮਿਲ ਜਾਂਦਾ ਸੀਗਾ ਜੀ। ਹਾਲਾਂਕਿ ਸਹੁਰੇ ਪਰਿਵਾਰ ਵੱਲੇ ਉਹਦਾ ਕਦੇ ਫੋਨ ਵੀ ਨਹੀਂ ਗਿਆ। ਅੱਛਾ, ਲਵਪ੍ਰੀਤ ਨੇ ਬਹੁਤ ਵਾਰੀ ਮਿੰਤਾ ਕਰੀਆਂ, ਬਹੁਤ ਵਾਰੀ ਕਿਹਾ ਕਿ ਮੰਮੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਪਾਪਾ। ਅੱਛਾ, ਕਿਸੇ ਨਾਲ ਵੀ ਗੱਲ ਨਹੀਂ ਕਰਦੇ ਸੀ ਉਧਰੋਂ? ਕਿਸੇ ਨਾਲ ਵੀ ਗੱਲ ਨਹੀਂ ਕਰਦੇ ਸੀਗੇ ਜੀ। ਹਾਲਾਂਕਿ ਆਪਦੇ ਘਰ ਵਾਲੇ ਦਾ ਜੋ ਸਹੀ ਢੰਗ ਨਾਲ ਜਵਾਬ ਨਹੀਂ ਦੇ ਰਿਹਾ, ਉਹਨੇ ਕਿਸੇ ਨਾਲ ਕੀ ਗੱਲ ਕਰਨੀ? ਬਿਲਕੁਲ ਬਿਲਕੁਲ। ਤੇ ਹੋਰ ਕਿਸ ਤਰ੍ਹਾਂ ਦੇ ਤੁਸੀਂ ਇਸ ਵਿੱਚ ਸਬੂਤ ਇਕੱਠੇ ਕਰ ਰਹੇ ਹੋ? ਕਿਉਂਕਿ ਆਪਾਂ ਚੈਟਸ ਦੀ ਗੱਲ ਕਰ ਲਈ ਕਿ ਚੈਟਸ ਵੀ ਚਲੋ ਕਲੀਅਰ ਹੋ ਗਿਆ ਕਿਉਂਕਿ ਹੁਣ ਤੱਕ ਚੈਟ ਨੂੰ ਲੈ ਕੇ ਬਹੁਤ ਗੱਲ ਚੱਲ ਰਹੀ ਸੀ, ਤੇ ਤੁਹਾਡੇ ਕੋਲ ਪੱਕੇ ਸਬੂਤ ਇਕੱਠੇ ਹੋ ਚੁੱਕੇ ਨੇ ਕਿ ਸਬੂਤ ਨੇ ਪੂਰੇ ਹਰ ਇੱਕ ਚੈਟ ਦੇ, ਜਿਸ ਦੇ ਵਿੱਚ ਬਾਰ ਬਾਰ ਲਾਡੀ ਮਿੰਨਤਾਂ ਕਰ ਰਿਹਾ ਕਿ ਮੇਰੇ ਨਾਲ ਗੱਲ ਕਰ ਲੈ, ਮੇਰੇ ਘਰਦਿਆਂ ਨਾਲ ਗੱਲ ਕਰ ਲੈ, ਮੰਮੀ ਨਾਲ ਗੱਲ ਕਰ ਲੈ, ਪਰ ਬੇਅੰਤ ਕੌਰ ਨੇ ਗੱਲ ਦਾ ਜਵਾਬ ਨਹੀਂ ਦਿੱਤਾ। ਹੋਰ ਕਿਸ ਤਰ੍ਹਾਂ ਦੇ ਸਬੂਤ ਤੁਸੀਂ ਇਕੱਠੇ ਕੀਤੇ ਹੁਣ ਤੱਕ? ਜੀ ਦੇਖੋ, ਚੈਟ ਦੇ ਵਿੱਚੋਂ ਵੀ ਕੁਝ ਚੈਟ ਤੇ ਦੁਨੀਆ ਦੇ ਸਾਹਮਣੇ ਆ ਜੀ। ਅਸੀਂ ਇਕੱਲਾ ਚੈਟ ਨੂੰ ਪ੍ਰਾਇਮਰੀ ਲੈ ਕੇ ਨਹੀਂ ਕਰਦੇ ਜੀ। ਜੀ ਜੀ ਜੀ, ਅਸੀਂ ਕੈਨੇਡਾ ਦੇ ਵਿੱਚੋਂ ਵੀ ਜਿੱਥੇ ਕੁੜੀ ਰਹਿੰਦੀ ਸੀ, ਜਿਹੜੇ ਕੋਲੇ ਵਿੱਚ ਪੜ੍ਹਦੀ ਸੀ, ਜਿਹੜੇ ਉਹਦੇ ਦੋਸਤ ਸੀ, ਉਹਦੇ ਪੜੋਸੀ ਸੀ, ਉਹਨਾਂ ਤੋਂ ਵੀ ਜਿੰਨਾ ਹੋ ਪਾ ਰਿਹਾ ਉਹਨਾਂ ਦੀ ਡਿਟੇਲਸ ਇਕੱਠੀ ਕਰ ਰਹੇ ਹਾਂ, ਉਹਨਾਂ ਦਾ ਕਰੈਕਟਰ ਪਤਾ ਲਾ ਰਹੇ ਹਾਂ। ਜਿੱਥੋਂ ਸਾਨੂੰ ਇੱਥੋਂ ਤੱਕ ਪਤਾ ਚੱਲਿਆ ਕਿ ਜਿਹੜੇ ਮੁੰਡੇ ਨਾਲ ਉਹਦੀ ਫੋਟੋ ਵਾਇਰਲ ਹੋਈ ਸੀ, ਜਿਹਨੂੰ ਉਹ ਭਰਾ ਕਹਿੰਦੀ ਸੀ, ਆਪਦਾ ਭਾਜੀ ਕਹਿੰਦੀ ਸੀ, ਉਹਦੇ ਕਾਲਜ ਵਿੱਚ ਪੜ੍ਹਦਾ ਸੀਗਾ, ਉਹਦੇ ਨਾਲ ਰਹਿੰਦਾ ਸੀਗਾ ਲਿਵਿੰਗ ਦੇ ਵਿੱਚ, ਤੇ ਕਿੱਥੋਂ ਉਹਨੇ ਆਪਦੇ ਹਸਬੈਂਡ ਨੂੰ ਕਿੱਥੋਂ ਟਾਈਮ ਦੇ ਪਾਣਾ? ਬਿਲਕੁਲ। ਤੇ ਹੁਣ ਇਸ ਸਾਰੇ ਮਾਮਲੇ ਵਿੱਚ ਹੁਣ ਲੱਗ ਰਿਹਾ ਕਿ ਬਈ ਲਾਡੀ ਦਾ ਮਾਮਲਾ ਇੰਨਾ ਮਜ਼ਬੂਤ ਹੋ ਗਿਆ ਕਿ ਉਸਦੇ ਹੁਣ FIR ਬੇਅੰਤ ਕੌਰ ਦੇ ਲਈ ਕੀਤੀ ਜਾ ਸਕਦੀ ਹੈ? ਜੀ ਬਿਲਕੁਲ। ਦੇਖੋ ਜੀ, ਹਜੇ ਤੱਕ ਤਾਂ ਸਾਡੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਕਿ ਅਸੀਂ FIR ਵੀ ਕਰਾਈਏ ਤਾਂ ਪੂਰੇ ਐਵੀਡੈਂਸਿਸ ਇਕੱਠੇ ਕਰਕੇ ਕਰਾਈਏ ਜੀ। ਤੇ ਅੱਗੇ ਦੇ ਪ੍ਰੋਸੀਜਰ ਹਜੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਿ ਅੱਗੇ ਅਸੀਂ ਕੀ ਪਲਾਨ ਕਰ ਰੱਖਿਆ। ਬਾਕੀ FIR ਵੀ ਹੋਊਗੀ, ਕੁੜੀ ਰਿਪੋਰਟ ਵੀ ਹੋਊਗੀ ਜੀ, ਸਭ ਕੁਝ ਹੋਊਗਾ, ਪਰ ਟਾਈਮ ਲੱਗਦਾ ਜੀ ਲੀਗਲ ਪ੍ਰੋਸੀਜਰ ਤੇ। ਜੀ ਜੀ ਜੀ, ਯਾਨੀ ਕਿ ਤੁਸੀਂ ਲਗਾਤਾਰ ਹੋਰ ਸਬੂਤ ਵੀ ਇਕੱਠੇ ਕਰ ਰਹੇ ਹੋ ਹੁਣ ਅੱਗੋ ਜੋ ਵੀ ਹੈ, ਤੇ ਕੋਈ ਕਾਲ ਡਿਟੇਲਸ ਵੀ ਕੱਢੀਆਂ ਤੁਸੀਂ ਕਢਵਾਈਆਂ ਨੇ ਹੁਣ ਤੱਕ?
ਕੋਲ ਡਿਟੇਲਸ ਦੇ ਵੀ ਬਹੁਤ ਸ਼ੋਰਟਸ ਹੈਗੇ ਆ ਜੀ ਸਾਡੇ ਕੋਲ ਡਿਟੇਲਸ ਕਢਵਾਈਆਂ ਵੀ ਨੇ ਉਹਨਾਂ ਦੇ ਘਰ ਵਾਲਿਆਂ ਨੇ ਵੀ ਦਿੱਤੀਆਂ ਜੋ ਲਵਪ੍ਰੀਤ ਦੇ ਫੋਨ ਦੇ ਵਿੱਚੋਂ ਮਿਲੀਆਂ ਕਦੇ ਵੀ ਉਹਨਾਂ ਦੀ 2-3 ਮਿੰਟ ਤੋਂ ਉੱਪਰ ਗੱਲ ਨਹੀਂ ਹੋਈ ਔਰ ਮੇਰੇ ਹਿਸਾਬ ਨਾਲ ਜਿਹੜੀ ਉਹ 2-3 ਮਿੰਟ ਦੇ ਵੀ ਗੱਲ ਹੋਈ ਹੈ ਉਹਦੇ ਵਿੱਚ ਸਿਰਫ ਉਹਨਾਂ ਦੀ ਲੜਾਈ ਹੋਈ ਹੈ ਜੋ ਕਿ ਉਹਨਾਂ ਦੀ ਚੈਟ ਦੇ ਵਿੱਚੋਂ ਪਤਾ ਚੱਲਦਾ ਮਤਲਬ ਕਦੇ ਉਹਨਾਂ ਦੀ ਪਿਆਰ ਨਾਲ ਗੱਲ ਹੋਈ ਨਹੀਂ ਪਿਆਰ ਜੇ ਸੀਗਾ ਤਾਂ ਸਿਰਫ ਉਹਨਾਂ ਤੱਕ ਸੀ ਜਿੰਨਾ ਤੱਕ ਉਹਦੇ ਘਰਦਿਆਂ ਨੇ ਸਾਰੇ ਪੈਸੇ ਨਹੀਂ ਲਾਏ ਸੀ ਉਹਦੀ ਸਾਰੀ ਫੀਸ ਨਹੀਂ ਭਰੀ ਸੀ ਠੀਕ ਹੈ ਠੀਕ ਹੈ ਠੀਕ ਹੈ ਤੇ ਉਹ ਸੁਸਾਈਡ ਨੋਟ ਨੂੰ ਲੈ ਕੇ ਵੀ ਥੋੜ੍ਹਾ ਜਿਹਾ ਮੈਂ ਜ਼ਰੂਰ ਚਾਹੂੰਗੀ ਕਿ ਜਿੰਨੇ ਵੀ ਪੰਜਾਬ ਦੇ ਲੋਕ ਨੇ ਬਾਹਰ ਬੈਠੇ ਵੀ ਪੰਜਾਬੀ ਨੇ ਉਹ ਇਹ ਜ਼ਰੂਰ ਚੀਜ਼ ਜਾਣਨਾ ਚਾਹ ਰਹੇ ਨੇ ਕਿ ਉਹ ਜਿਹੜਾ ਸੁਸਾਈਡ ਨੋਟ ਹੈ ਉਸ ਬਾਰੇ ਹੁਣ ਤੱਕ ਤੁਹਾਨੂੰ ਕੀ ਪਤਾ ਚੱਲਿਆ ਪੱਕੇ ਤੌਰ ਤੇ ਜੀ ਦੇਖੋ ਜੋ ਹੁਣ ਦੁਨੀਆ ਹੈ ਜੀ ਉਹ ਇੱਕ ਸੁਸਾਈਡ ਨੋਟ ਨੂੰ ਲੈ ਕੇ ਚੱਲ ਰਹੀ ਹੈ ਹਾਲਾਂਕਿ ਉਹ ਜੇ ਸੁਸਾਈਡ ਨੋਟ ਉਹਨੇ ਕਾਫੀ ਵਾਰੀ ਕੁੜੀ ਨੂੰ ਭੇਜੇ ਬਹੁਤ ਸੇ ਮੈਸੇਜ ਕਰੇ ਬਹੁਤ ਵਾਰੀ ਵਾਰਨ ਕਰਿਆ ਕਿ ਮੈਂ ਮਰ ਜਾਣਾ ਜਿੱਦਾਂ ਤੂੰ ਮੇਰੇ ਨਾਲ ਕਰ ਰਹੀ ਹੈ ਬਹੁਤ ਇਮੋਸ਼ਨਲ ਮੈਸੇਜ ਮੈਂ ਕਹਿੰਦਾ ਤੁਸੀਂ ਪੜੋਗੇ ਤਾਂ ਤੁਹਾਡਾ ਰੋਣਾ ਨਿਕਲ ਜਾਣਾ ਜੀ ਉਹ ਚੀਜ਼ਾਂ ਦੁਨੀਆ ਦੇ ਸਾਹਮਣੇ ਨਹੀਂ ਹੈਗੀਆਂ ਹਜੇ ਜੀ 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 ਤਾਂ ਦੁਨੀਆ ਸਾਹਮਣੇ ਸਿਰਫ ਇੱਕ ਲਾਸਟ ਵਾਲਾ ਸੁਸਾਈਡ ਨੋਟ ਹੈਗਾ ਜਿਹਨੂੰ ਉਹ ਦੇਖ ਰਹੇ ਆ ਜਿਹਨੂੰ ਪੜ ਰਹੇ ਔਰ ਉਹਦੇ ਨਾਲ ਹੀ ਦੁਨੀਆ ਹਿੱਲੀ ਪਈ ਹੈ ਜੀ ਬਿਲਕੁਲ ਬਿਲਕੁਲ ਬਹੁਤ ਮਾੜਾ ਹੋਇਆ ਮੁੰਡੇ ਨਾਲ ਆ ਜੋ ਵੀ ਹੈ ਉਹਨੇ ਤਾਂ ਕੁੜੀ ਨੂੰ ਹਰ ਰੋਜ਼ ਇਹੀ ਗੱਲ ਕਹੀ ਹੈ ਕਿ ਜਿੱਦਾਂ ਤੂੰ ਮੇਰੇ ਨਾਲ ਕਰ ਰਹੀ ਹੈ ਮੈਂ ਮਰ ਜਾਣਾ ਔਰ ਕੁੜੀ ਫਿਰ ਵੀ ਨਹੀਂ ਸਮਝੀ ਜੀ 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 ਉਹਨੂੰ ਤਾਂ ਫਿਲਹਾਲ ਕਿ ਹਜੇ ਵੀ ਆਪਦੀ ਗਲਤੀ ਨਹੀਂ ਫੀਲ ਹੋ ਰਹੀ ਜਿੱਦਾਂ ਉਹ ਇੰਟਰਵਿਊਜ਼ ਦਿੰਦੀ ਆ ਉਹਨੂੰ ਇਹ ਨਹੀਂ ਪਤਾ ਕਿ ਮੈਂ ਇੱਕ ਮੁੰਡੇ ਦੀ ਜਾਨ ਲੈ ਲਈ ਹੈ ਬਿਲਕੁਲ ਉਹਨੂੰ ਹਜੇ ਤੱਕ ਵੀ ਆਪਦੀ ਗਲਤੀ ਨਹੀਂ ਫੀਲ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਦੱਸਿਆ ਕਿ ਕਿਸ ਤਰੀਕੇ ਨਾਲ ਸਬੂਤ ਇਕੱਠੇ ਕਰਕੇ ਪੱਕੇ ਤੌਰ ਤੇ ਕਿਉਂਕਿ ਬੇਅੰਤ ਕੌਰ ਜਿੰਨੀ ਵਾਰ ਇਹ ਗੱਲ ਬੋਲ ਰਹੀ ਹੈ ਕਿ ਮੈਂ ਬੇਕਸੂਰ ਹਾਂ ਤੇ ਬੇਅੰਤ ਕੌਰ ਦੇ ਘਰਦਿਆਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਲਵਪ੍ਰੀਤ ਲਾਡੀ ਹੈ ਜੋ ਨਸ਼ੇ ਕਰਦਾ ਸੀ ਕਿਸੇ ਹੋਰ ਕਾਰਨ ਕਰਕੇ ਜੋ ਹੈ ਉਸਨੇ ਸੁਸਾਈਡ ਕੀਤੀ ਹੈ ਬੇਅੰਤ ਕੌਰ ਦੇ ਘਰਦਿਆਂ ਦਾ ਸਾਫ਼ ਤੌਰ ਤੇ ਕਹਿਣਾ ਕਿ ਇਸ ਪੂਰੇ ਮਾਮਲੇ ਵਿੱਚ ਸਾਡੀ ਕੁੜੀ ਦਾ ਕਿਤੇ ਵੀ ਕੋਈ ਰੋਲ ਨਹੀਂ ਹੈ ਸੋ ਹੁਣ ਜਦੋਂ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਥੋੜ੍ਹੀ ਜਿਹੀ ਢਿੱਲ ਜ਼ਰੂਰ ਪੈ ਰਹੀ ਹੈ ਪਰ ਜਦੋਂ ਪੱਕੇ ਸਬੂਤ ਸਾਹਮਣੇ ਹੋਣਗੇ ਤਾਂ ਕਾਨੂੰਨੀ ਕਾਰਵਾਈ ਕਰਨੀ ਹੀ ਪਏਗੀ ਅਤੇ ਇਸ ਪੂਰੇ ਮਾਮਲੇ ਵਿੱਚ ਲਵਪ੍ਰੀਤ ਲਾਡੀ ਨੂੰ ਇਨਸਾਫ ਮਿਲ ਕੇ ਹੀ ਰਹੇਗਾ ਬਣੇ ਰਹੋ ਜੀ ਤਾਜ਼ਾ ਅਪਡੇਟਸ ਦੇ ਨਾਲ ਨਿਰਪੱਖ ਪੋਸਟ ਦੇ ਨਾਲ ਹਰ ਖਬਰ ਦੀ ਨਿਰਪੱਖ ਆਵਾਜ਼ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ ਯੂਟਿਊਬ ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakhpost.com